ਕਾਫੀ ਦੇਰ ਤੋਂ ਇਹ ਕਿਆਸ ਰਹੀਆਂ ਲੱਗ ਰਹੀਆਂ ਸਨ ਕਿ ਭਗਵੰਤ ਮਾਨ ਦੇ ਖਿਲਾਫ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਵੱਲੋਂ ਸੰਗਰੂਰ ਤੋਂ ਕੋਈ ਮਜ਼ਬੂਤ ਉਮੀਦਵਾਰ ਖੜਾ ਕੀਤਾ ਜਾ ਸਕਦਾ ਅਤੇ ਜੱਸੀ ਜਸਰਾਜ ਦਾ ਐਲਾਨ ਕਰ ਦਿੱਤਾ ਗਿਆ। ਹੁਣ ਜੱਸੀ ਜਸਰਾਜ ਨੇ ਭਗਵੰਤ ਮਾਨ ਤੇ ਸਿੱਧੇ ਤੌਰ ਤੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਨੇ। ਜੱਸੀ ਜਸਰਾਜ ਦਾ ਕਹਿਣਾ ਹੈ ਕਿ ਉਹ ਭਗਵੰਤ ਮਾਨ ਦੇ ਲਈ ਪ੍ਰਚਾਰ ਵੀ ਕਰਨਗੇ, ਉਹਨਾਂ ਨੂੰ ਜਿਤਾਉਣਗੇ ਵੀ, ਪਰ ਇਸ ਦੇ ਲਈ ਉਹਨਾਂ ਨੇ ਇੱਕ ਸ਼ਰਤ ਰੱਖ ਦਿੱਤੀ ਹੈ। ਕੀ ਹੈ ਸ਼ਰਤ, ਸਭ ਤੋਂ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਦੇ ਹਾਂ। ਭਗਵੰਤ ਮਾਨ ਨੂੰ ਅਸੀਂ ਮਿੰਨੀ ਬਾਦਲ ਨਹੀਂ ਬਣਨ ਦੇਵਾਂਗੇ, ਉਹਨੂੰ ਅਸੀਂ 48 ਘੰਟੇ ਦਾ ਟਾਈਮ ਦਿੱਤਾ ਕੱਲ੍ਹ ਦਰਬਾਰ ਸਾਹਿਬ ਤੋਂ ਕਿ ਬਾਈ ਜੇ ਤੂੰ ਆਪਣੇ ਮਾਤਾ ਦਾ ਹੱਥ ਫੜ ਕੇ ਰੈਲੀ ਦੇ ਵਿੱਚ ਕਹਿੰਦਾ ਕਿ ਮੈਂ ਮਾਂ ਦੀ ਸਹੁੰ ਖਾਂਦਾ, ਮੈਂ ਦਾਰੂ ਛੱਡਦਾ। ਵੈਰੀ ਗੁੱਡ ਸਟੈਪ, ਬੜੀ ਲੇਟ ਯਾਦ ਆਇਆ ਪਰ ਕੋਈ ਗੱਲ ਨਹੀਂ, ਦੇਰ ਆਏ ਦਰੁਸਤ ਆਏ। ਆ ਜਾ ਹੁਣ ਦਰਬਾਰ ਸਾਹਿਬ ਜਾ ਕੇ ਉਸੇ ਮਾਤਾ ਨੂੰ ਨਾਲ ਲੈ ਜਾ, 2017 ਦੀ ਕ੍ਰਾਂਤੀ ਦਾ ਜਿਹੜਾ ਤੂੰ ਗੱਦਾਰੀ ਕਰਕੇ ਕਤਲ ਕੀਤਾ ਆਪਣੇ ਲਾਲਚ ਵਿੱਚ, ਉਸ ਕੀਤੇ ਕਤਲ ਲਈ ਅਤੇ ਕੀਤੀ ਗੱਦਾਰੀ ਲਈ ਮਾਫ਼ੀ ਮੰਗ ਲਾ। ਮੰਨ ਕੇ ਤੂੰ ਗੱਦਾਰੀ ਕੀਤੀ ਹੈ, ਸੰਜੇ ਦੁਰਗੇਸ਼ ਅਤੇ ਕੇਜਰੀਵਾਲ ਦੇ ਟਿਕਟ ਅਤੇ CM ਦੇ ਲੋਲੀਪੋਪ ਜਿਹੜੇ ਤੈਨੂੰ ਮਿਲੇ ਹੋਏ ਸੀ ਉਹਨਾਂ ਦੇ ਲਾਲਚ ਵਿੱਚ ਆ ਕੇ ਕਰੋੜਾਂ ਰੁਪਏ ਦਾ ਫੰਡ ਤੂੰ ਆਪ ਵੀ ਅਤੇ ਉਹਨਾਂ ਨੂੰ ਵੀ ਛਕਾਇਆ, ਉਹ ਫੰਡ ਦਾ ਹਿਸਾਬ ਦੇ ਦੇ ਦਰਬਾਰ ਸਾਹਿਬ ਤੋਂ, ਅਸੀਂ ਤੇਰਾ ਖੁੱਲ੍ਹ ਕੇ ਪ੍ਰਚਾਰ ਕਰਾਂਗੇ, ਤੈਨੂੰ ਜਿਤਾ ਦਾਂਗੇ, ਇੱਕ ਵਾਰੀ ਮਾਫ਼ੀ ਮੰਗ ਲੈ ਪੰਜਾਬੀਆਂ ਤੋਂ। ਯੈਸ ਯੂ ਚੀਟਡ ਪੰਜਾਬ। ਜਦੋਂ ਜੱਸੀ ਜਸਰਾਜ ਤੋਂ ਇਹ ਪੁੱਛਿਆ ਗਿਆ ਕਿ ਸੰਗਰੂਰ ਤੋਂ ਚੋਣ ਲੜਨ ਦਾ ਤੁਹਾਡਾ ਮੁੱਖ ਮਕਸਦ ਸਿਰਫ ਭਗਵੰਤ ਮਾਨ ਹੀ ਹੈ, ਉਹਨਾਂ ਨੂੰ ਹਰਾਉਣ ਦੇ ਲਈ ਤੁਸੀਂ ਸੰਗਰੂਰ ਜਾ ਰਹੇ ਹੋ, ਤਾਂ ਇਸ ਦਾ ਉਹਨਾਂ ਨੇ ਕੀ ਜਵਾਬ ਦਿੱਤਾ, ਆਪ ਹੀ ਸੁਣ ਲਓ। ਉੱਥੇ ਭਗਵੰਤ ਮਾਨ ਤਾਂ ਹਾਲੇ ਵਿਚਾਰਾ ਹੁਣ ਜੰਮਿਆ, ਠੀਕ ਹੈ, ਉੱਥੇ ਢੀਂਡਸਾ ਪਰਿਵਾਰ ਹੈ, ਉਹਨਾਂ ਦੇ ਅਸੀਂ ਪਰਤਾਂ ਉਧੇੜਾਂਗੇ ਵੀ ਢੀਂਡਸਾ ਪਰਿਵਾਰ ਦਾ ਸਹੁਰਾ ਪਰਿਵਾਰ ਅਤੇ ਢੀਂਡਸਾ ਪਰਿਵਾਰ ਆਪ ਉਹਨਾਂ ਦੀ ਪੰਜਾਬ 'ਚ ਅਕਾਲੀਆਂ ਨਾਲ ਮਿਲ ਕੇ ਜਿਹੜੀ ਲੁੱਟ ਖਸੁੱਟ ਅਤੇ ਨਸ਼ਿਆਂ ਦੇ ਕਾਰੋਬਾਰ ਨੇ, ਅਸੀਂ ਸਾਰਾ ਕੁਝ ਦੱਸਾਂਗੇ। ਅਸੀਂ ਉਹੀ ਕੈਪਟਨ ਅਮਰਿੰਦਰ ਸਿੰਘ ਜਿਹੜਾ ਬਾਦਲਾਂ ਨੂੰ ਜਿਤਾਉਣ ਜਾਂਦਾ ਹੈ, ਲੰਬੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਜਿਤਾਉਣ ਜਾਂਦਾ, ਜਿਹ ਤੋਂ ਪਤਾ ਲੱਗਦਾ ਕਿ ਵਾਏ ਆਪਣੇ ਓਪੋਨੈਂਟ ਨੂੰ ਜਿਤਾਉਣ ਲਈ ਤੁਸੀਂ ਉੱਥੇ ਜਾਂਦੇ ਹੋ ਕੈਪਟਨ ਅਮਰਿੰਦਰ ਸਿੰਘ, ਇਹ ਕਿੱਥੋਂ, ਇਹਦਾ ਮਤਲਬ ਹੈ ਘਿਓ ਖਿਚੜੀ ਹੈ। ਰਵਨੀਤ ਸਿੰਘ ਬਿੱਟੂ ਜਾਂਦਾ ਜਲਾਲਾਬਾਦ ਸੁਖਬੀਰ ਬਾਦਲ ਨੂੰ, ਡਿਪਟੀ ਚੀਫ ਮਿਨਿਸਟਰ ਨੂੰ ਜਿਤਾਉਣ, ਇਹਦਾ ਮਤਲਬ ਇਹ ਦੋਨੋਂ ਘਿਓ ਖਿਚੜੀ ਨੇ ਲੋਕਾਂ ਅੱਗੇ। ਜਿਹੜਾ ਯੂਥ ਹੈ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ, ਬਾਈ ਹੁਣ ਤਾਂ ਯਾਰ ਤੁਹਾਡੇ ਸਾਹਮਣੇ ਹੈ, ਘਿਓ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੈ, ਜੇ ਹਾਲੇ ਵੀ ਇਹਨਾਂ ਪਾਪੀ ਬੂਟਿਆਂ ਨੂੰ ਪਾਣੀ ਪਾਉਂਗੇ ਤਾਂ ਬਾਈ ਸਾਡੇ ਨਿਆਣੇ, ਅਸੀਂ ਭੁਗਤ ਰਹੇ ਹਾਂ, ਸਾਡੇ ਬੱਚਿਆਂ ਦੇ ਬੱਚੇ ਵੀ ਭੁਗਤਣਗੇ। ਦੂਜੇ ਪਾਸੇ ਭਗਵੰਤ ਮਾਨ ਪਹਿਲਾਂ ਜੱਸੀ ਜਸਰਾਜ ਨੂੰ ਜਵਾਬ ਦਿੰਦਿਆਂ ਮੁਆਫ਼ੀ ਮੰਗਣ ਤੋਂ ਨਾਂਹ ਕਰ ਚੁੱਕੇ ਨੇ। ਉਹਨਾਂ ਦਾ ਕਹਿਣਾ ਹੈ ਕਿ ਮੈਂ ਕੋਈ ਗਦਾਰੀ ਕਿਸੇ ਦੇ ਨਾਲ ਕੋਈ ਗਦਾਰੀ ਨਹੀਂ ਕੀਤੀ ਹੈ। ਕਾਹਦੀ ਮਾਫ਼ੀ, ਕਾਹਦੀ ਭੁੱਲ ਜੀ, ਮੈਥੋਂ ਗਲਤੀ ਕੀ ਹੋ ਗਈ? ਮੈਂ ਕਿਹੜੀ ਗਦਾਰੀ ਕੀਤੀ ਜੀ? ਮੈਂ ਪੰਜਾਬ ਦਾ ਨੁਕਸਾਨ ਕੀ ਕੀਤਾ ਜੀ? ਮੈਂ ਆਪਣਾ ਕਰੀਅਰ ਛੱਡ ਕੇ ਅੱਜ ਵੀ ਲੜਦਾ ਫਿਰਦਾ, ਮੈਂ ਉੱਥੇ ਹੀ ਖੜਾ, ਮੈਂ ਵਫ਼ਾਦਾਰ ਸਿਪਾਹੀ ਹਾਂ ਪਾਰਟੀ ਦਾ, ਜਿੱਥੇ ਮੇਰੀ ਡਿਊਟੀ ਲੱਗੂਗੀ ਮੈਂ ਲੜੂੰਗਾ। ਮੇਰੀ ਡਿਊਟੀ ਜਲਾਲਾਬਾਦ ਲਾਈ, ਲੜਿਆ, ਮੇਰੀ ਨਾਲ ਡਿਊਟੀ ਲਾਈ, 300 ਰੈਲੀਆਂ ਕੀਤੀਆਂ ਮੈਂ, 300 ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਮੈਂ ਜਿਹੜਾ ਰੈਲੀਆਂ 'ਚ ਹੁੰਦਾ ਸੀ, ਮੇਰਾ ਤਾਂ ਗਲਾ ਵੀ ਬਹਿ ਗਿਆ ਸੀ ਉਦੋਂ, ਠੀਕ ਹੈ ਨਾ। ਇਹ ਕੋਈ ਗਦਾਰੀ ਹੈ? ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਉਹਨਾਂ ਵਿਰੁੱਧ ਲੜੋ ਜੀ, ਜਿਹੜਾ ਆਉਂਦਾ ਭਗਵੰਤ ਮਾਨ ਨੂੰ ਹਰਾਉਣਾ, ਭਗਵੰਤ ਮਾਨ ਨੂੰ ਹਰਾਉਣਾ, ਚਲੋ ਆ ਜਾਓ ਫਿਰ ਸੰਗਰੂਰ, ਵੈਲਕਮ ਕਹਿਣਾ ਮੈਂ ਤਾਂ। ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਵੱਲੋਂ ਜੱਸੀ ਜਸਰਾਜ ਨੂੰ ਲੋਕ ਇਨਸਾਫ਼ ਪਾਰਟੀ ਦੇ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਗਿਆ। ਉਸ ਤੋਂ ਬਾਅਦ ਦੇਖਿਆ ਜਾ ਰਿਹਾ ਹੈ ਕਿ ਜੱਸੀ ਜਸਰਾਜ ਪਹਿਲਾਂ ਹੀ ਭਗਵੰਤ ਮਾਨ ਦੇ ਖਿਲਾਫ਼ ਕਾਫ਼ੀ ਭੜਾਸ ਕਰਦੇ ਰਹਿੰਦੇ ਸਨ ਅਤੇ ਹੁਣ ਉਹਨਾਂ ਨੂੰ ਮੌਕਾ ਮਿਲ ਗਿਆ ਕਿ ਆਫੀਸ਼ੀਅਲ ਤੌਰ 'ਤੇ ਭਗਵੰਤ ਮਾਨ 'ਤੇ ਉਹ ਨਿਸ਼ਾਨੇ ਸਾਧ ਸਕਦੇ ਨੇ। ਸੰਗਰੂਰ ਲੋਕ ਸਭਾ ਹਲਕੇ ਤੋਂ ਭਗਵੰਤ ਮਾਨ ਵਰਸੇ ਜੱਸੀ ਜਸਰਾਜ ਹੁੰਦਾ ਦਿਖਾਈ ਦੇ ਰਿਹਾ, ਕਿਉਂਕਿ ਸ਼੍ਰੋਮਣੀ ਅਕਾਲੀ ਦੇ ਵੱਲੋਂ ਲਗਭਗ ਤੈਅ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਉਮੀਦਵਾਰ ਹੋਣਗੇ ਅਤੇ ਕਾਂਗਰਸ ਪਾਰਟੀ ਦੇ ਵੱਲੋਂ ਵਿਜੇ ਇੰਦਰ ਸਿੰਗਲਾ ਦਾ ਨਾਂ ਸਭ ਤੋਂ ਉੱਪਰ ਦਿਖਾਈ ਦੇ ਰਿਹਾ। ਪਰ ਜੱਸੀ ਜਸਰਾਜ ਅਤੇ ਭਗਵੰਤ ਮਾਨ
ਦੋਨੋਂ ਆਮ ਆਦਮੀ ਪਾਰਟੀ ਦੇ ਨੇ। ਇਸੇ ਕਰਕੇ ਹੁਣ ਤਾਂ ਭਾਵੇਂ ਉਹਨਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਜੱਸੀ ਜਸਰਾਜ ਨੇ ਲੋਕ ਇਨਸਾਫ ਪਾਰਟੀ ਜੁਆਇਨ ਕਰ ਲਈ ਹੈ, ਪਰ ਉਹਨਾਂ ਦਾ ਵੋਟ ਬੈਂਕ ਵੀ ਉਹੀ ਹੋਏਗਾ ਜੋ ਭਗਵੰਤ ਮਾਨ ਦਾ ਹੋਏਗਾ। ਇਸ ਤਰ੍ਹਾਂ ਭਗਵੰਤ ਮਾਨ ਦੀਆਂ ਵੋਟਾਂ ਨੂੰ ਖੋਰਾ ਜੱਸੀ ਜਸਰਾਜ ਜ਼ਰੂਰ ਲਾਉਣਗੇ। ਇਸੇ ਕਰਕੇ ਮੰਨਿਆ ਇਹ ਵੀ ਜਾ ਰਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਅਤੇ ਸਿਮਰਜੀਤ ਸਿੰਘ ਬੈਂਸ ਨੇ ਇਹ ਸਕੀਮ ਘੜੀ ਹੈ ਕਿ ਜੱਸੀ ਜਸਰਾਜ ਨੂੰ ਭਗਵੰਤ ਮਾਨ ਦੇ ਖਿਲਾਫ ਖੜਾ ਕਰਕੇ ਭਗਵੰਤ ਮਾਨ ਦਾ ਰਾਹ ਹੋਰ ਵੀ ਮੁਸ਼ਕਲ ਕੀਤਾ ਜਾਵੇ। ਮੰਨਿਆ ਇਹ ਵੀ ਜਾ ਰਿਹਾ ਕਿ ਜੇਕਰ ਭਗਵੰਤ ਮਾਨ ਸੰਗਰੂਰ ਤੋਂ ਲੋਕ ਸਭਾ ਹਲਕੇ ਸੰਗਰੂਰ ਤੋਂ ਨਹੀਂ ਜਿੱਤ ਪਾਉਂਦੇ ਤਾਂ ਉਹਦਾ ਬਹੁਤ ਵੱਡਾ ਕਾਰਨ ਜੱਸੀ ਜਸਰਾਜ ਵੀ ਹੋ ਸਕਦੇ ਨੇ। ਇਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਅਤੇ ਸਿਮਰਜੀਤ ਸਿੰਘ ਬੈਂਸ ਆਪਣੀ ਸਕੀਮ ਦੇ ਵਿੱਚ ਕਾਮਯਾਬ ਹੋ ਜਾਣਗੇ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਬੈਂਸ ਖੁਦ ਸੰਗਰੂਰ ਜਾਣਗੇ, ਪਰ ਉਸ ਤੋਂ ਬਾਅਦ ਜੱਸੀ ਜਸਰਾਜ ਨੂੰ ਉਹਨਾਂ ਨੇ ਮੈਦਾਨ ਦੇ ਵਿੱਚ ਉਤਾਰਿਆ। ਸੋਚੀ ਸਮਝੀ ਸਕੀਮ ਇੱਥੇ ਦੋਹਾਂ ਲੀਡਰਾਂ ਦੀ, ਖਹਿਰਾ ਅਤੇ ਬੈਂਸ ਦੀ, ਇਹ ਮੰਨੀ ਜਾਂਦੀ ਹੈ ਕਿ ਭਗਵੰਤ ਮਾਨ ਨੂੰ ਵੀ ਜਿੱਤਣ ਤੋਂ ਰੋਕਿਆ ਜਾਵੇ, ਕਿਉਂਕਿ ਕਾਫੀ ਹੱਦ ਤੱਕ ਮੰਨਿਆ ਜਾਂਦਾ ਹੈ ਕਿ ਭਗਵੰਤ ਮਾਨ ਹੀ ਜ਼ਿੰਮੇਵਾਰ ਨੇ ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਦੇ ਵਿੱਚੋਂ ਕਢਵਾਉਣ ਦੇ ਲਈ। ਪਰ ਇੱਥੇ ਜੱਸੀ ਜਸਰਾਜ ਭਗਵੰਤ ਮਾਨ ਨੂੰ ਚੈਲੰਜ ਕਰਦੇ ਦਿਖਾਈ ਦਿੰਦੇ ਨੇ ਕਿ ਮੁਆਫੀ ਮੰਗ ਲਿਆ ਅਤੇ ਭਗਵੰਤ ਮਾਨ ਨੇ ਉਸ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਅਤੇ ਇਹੀ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਹਾਂ, ਦ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਭਗਵੰਤ ਮਾਨ ਨੇ ਪੰਜਾਬ ਦੇ ਨਾਲ ਗੱਦਾਰੀ ਕੀਤੀ ਹੈ ਅਤੇ ਉਹਨਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਮੁਆਫੀ ਮੰਗ ਲੈਣੀ ਚਾਹੀਦੀ ਹੈ। ਇਸ ਬਾਰੇ ਤੁਹਾਡੀ ਜੋ ਵੀ ਰਾਏ ਹੈ ਇਸ ਖਬਰ 'ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੇ ਸਟੋਰ 'ਤੇ ਜਾ ਕੇ ਦ ਪੰਜਾਬ ਟੀਵੀ ਦੀ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ। ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ, ਫੇਸਬੁੱਕ 'ਤੇ ਸਾਡਾ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ। ਤੁਸੀਂ ਬਣੇ ਰਹੋ ਦ ਪੰਜਾਬ ਟੀਵੀ ਦੇ ਨਾਲ।